ਵਾਹਿਗੁਰੂ ਜੀ, ਮੇਰਾ ਨਾਮ ਸੁਰਿੰਦਰ ਸਿੰਘ ਨਾਗਰਾ, ਮੈਂ ਕਰਤਾਰਪੁਰ ਡਿਸਟ੍ਰਿਕਟ ਜਲੰਧਰ ਤੋਂ ਬਿਲੋਂਗ ਕਰਦਾ। ਅਸੀਂ ਇੱਕ ਇਹ ਮਿਸ਼ਨ ਲੈ ਕੇ ਚੱਲੇ ਹਾਂ ਕਿ ਫਾਰਮਰ ਜਿਹੜੀਆਂ ਜੜੀਆਂ ਬੂਟੀਆਂ ਵਾਲੇ ਬੂਟੇ ਆ ਉਹ ਆਪਣੇ ਘਰ ਲਾ ਕੇ ਕਿੱਦਾਂ ਤੰਦਰੁਸਤੀ ਲੈ ਸਕਦੇ ਆ, ਅਤੇ ਅਸੀਂ ਗਾਂਹ ਆਪਣੇ ਭਲੇ ਦੇ ਨਾਲ ਨਾਲ ਲੋਕਾਂ ਦਾ ਭਲਾ ਕਿੱਦਾਂ ਕਰ ਸਕਦੇ ਹਾਂ, ਆਪਣੀ ਆਮਦਨ 'ਚ ਕਿੱਦਾਂ ਵਾਧਾ ਕਰ ਸਕਦੇ ਹਾਂ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਕੋਲ ਇੱਥੇ ਜਿਹੜੇ ਚੰਦ ਬੂਟੇ ਹੈਗੇ ਆ ਉਹਨਾਂ ਬਾਰੇ ਜਾਣਕਾਰੀ ਦਿੰਦੇ ਹਾਂ। ਆਹ ਬੂਟੇ ਦਾ ਨਾਂ ਵਾਹਿਗੁਰੂ ਜੀ ਇਨਸੋਲੀਨ ਹੈ। ਸ਼ੂਗਰ ਐਡੀ ਨਾਮਰਾਦ ਬਿਮਾਰੀ ਆ ਕਿ ਜਿਹਦਾ ਇੰਗਲਿਸ਼ ਇਲਾਜ ਹੀ ਹੈ ਨੀਗਾ। ਇਹ ਬੂਟਾ ਅਸੀਂ ਆਪਣੇ ਘਰ ਲਾਇਆ ਹੈਗਾ, ਇਹਦਾ ਹਰਾ ਪੱਤਾ ਖਾਧਾ ਜਾਂਦਾ ਅਤੇ ਬਹੁਤ ਛੇਤੀ ਇਹ ਕੰਟਰੋਲ ਕਰ ਦਿੰਦਾ ਆ। ਯਾਨੀ ਕਿ 120 ਯੂਨਿਟ ਇਨਸੋਲੀਨ ਜਿਹੜੀ ਲੈਂਦੇ ਸੀਗੇ ਅਸੀਂ ਉੱਥੋਂ ਤੱਕ ਕੰਟਰੋਲ ਕਰ ਚੁੱਕੇ ਹਾਂ, ਔਰ ਇਹਨਾਂ ਦੇ ਪੱਤਿਆਂ ਦੀ ਡਿਮਾਂਡ ਬਹੁਤ ਆ। ਚੰਡੀਗੜ੍ਹ ਸਾਡਾ 5 ਰੁਪਈਏ ਪੱਤਾ ਇਹਦਾ ਜਾਂਦਾ ਅਤੇ 6 ਕੁਇੰਟਲ ਪੱਤੇ ਜਵਾਲਾ ਜੀ ਤੋਂ ਸਾਡੀ ਡਿਮਾਂਡ ਆ ਮਹੀਨੇ ਦੀ, ਜਿਹੜੀ ਕਿ ਮੈਂ ਪੂਰੇ ਨਹੀਂ ਕਰ ਪਾ ਰਿਹਾ ਕਿਉਂਕਿ ਮੇਰਾ ਮਿਸ਼ਨ ਹੈਗਾ ਲੋਕਾਂ ਨੂੰ ਘਰ ਘਰ ਬੂਟੇ ਲਵਾਉਣਾ। ਇਸ ਕਰਕੇ ਮੈਂ ਕਿਸਾਨ ਭਰਾਵਾਂ ਨੂੰ ਕਹਿੰਦਾ ਕਿ ਉਹ ਵੀ ਇਸ ਪਾਸੇ ਨੂੰ ਲੱਗਣ ਤਾਂ ਕਿ ਜਿਹੜਾ ਉਹਨਾਂ ਦੀ ਆਮਦਨ 'ਚ ਵੀ ਵਾਧਾ ਹੋਵੇ ਅਤੇ ਉਹ ਤੰਦਰੁਸਤ ਵੀ ਹੋਣ। ਆਹ ਜਿਹੜਾ ਬੂਟਾ ਹੈਗਾ ਵਾਹਿਗੁਰੂ ਜੀ, ਇਹ ਸਫੈਦ ਚੰਦਨ ਆ, ਇਹ ਉੱਥੇ ਹੁੰਦਾ ਜਿੱਥੇ ਅੰਬ ਹੋ ਜਾਂਦਾ। ਜਿਸ ਏਰੀਏ 'ਚ ਅੰਬ ਨਹੀਂ ਹੁੰਦਾ ਉੱਥੇ ਇਹ ਨਹੀਂ ਹੁੰਦਾ, ਉੱਥੇ ਕਲਾਈਮੇਟ ਅਲਾਓ ਨਹੀਂ ਕਰਦਾ। ਇਹ 20 ਸਾਲ ਦੇ ਵਿੱਚ 14-15 ਲੱਖ ਰੁਪਏ ਦਾ ਬੂਟਾ ਹੋ ਜਾਂਦਾ। ਜਦੋਂ ਸਾਡੇ ਇੱਕ ਬੱਚਾ ਜੰਮਦਾ ਸੀ ਉਹਦੀ ਖੁਸ਼ੀ ਦੇ ਵਿੱਚ ਜਿਹੜੇ 2 ਬੂਟੇ ਲਾ ਦਈਏ, ਜਿੱਥੇ ਹੋਰ ਇੰਨਾ ਖਰਚਾ ਕਰਦੇ ਹਾਂ ਅਤੇ ਉਹਦੀ FD ਹੋ ਗਈ। ਇਹ ਵਾਹਿਗੁਰੂ ਜੀ, ਆਹ ਜਿਹੜਾ ਬੂਟਾ ਤੁਸੀਂ ਦੇਖ ਰਹੇ ਹੋ, ਇਹ ਬੂਟਾ ਜਿਹੜਾ ਆ ਇਹ ਮੁਸ਼ਕਪੁਰ ਹੈ। ਆਪ ਸਭ ਜਾਣਦੇ ਹੋ ਕਿ ਮੁਸ਼ਕਪੁਰ ਜਿਹੜਾ ਹੈਗਾ ਕਿੰਨਾ ਸ਼ੁਭ ਮੰਨਿਆ ਗਿਆ ਆ। ਕੋਈ ਕੰਮ ਕਰਦੇ ਤਾਂ ਉੱਥੇ ਮੁਸ਼ਕਪੁਰ ਪਹਿਲਾਂ ਵਰਤਿਆ ਜਾਂਦਾ, ਦਵਾਈਆਂ 'ਚ ਵਰਤਿਆ ਜਾਂਦਾ। ਇਸ ਬੂਟੇ ਦੇ ਉੱਤੇ ਨਾ ਕਾਂ ਚੜ੍ਹਦਾ ਬਹਿੰਦਾ ਵਾ, ਨਾ ਸੱਪ, ਨਾ ਕਿਰਲੀ, ਕੁਛ ਨਹੀਂ। ਜੇ ਕੋਈ ਬਿਮਾਰ ਬੰਦਾ ਵੀ ਇਹਦੇ ਥੱਲੇ ਜਾ ਕੇ ਬਹਿ ਜਾਏ ਤਾਂ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ। ਅਤੇ ਜੇ ਇਹ ਬੂਟੇ ਅਸੀਂ 2-4 ਲਾਏ ਹੋਣ ਅਤੇ ਜਦੋਂ ਸਾਡੇ ਗਾਂ ਬੱਚੇ ਕੋਠੀ ਬਣਾਉਣ ਅਤੇ ਉਹਦੇ ਘਰ ਵਿੱਚ ਜਦੋਂ ਇਹਦੀ ਵਰਤੋਂ ਕੀਤੀ ਜਾਵੇ ਥੋੜ੍ਹੀ ਜਿਹੀ ਵੀ, ਤਾਂ ਉਸ ਘਰ ਦੇ ਵਿੱਚ ਕਦੀ ਵੀ ਕੋਈ ਬਿਮਾਰੀ ਨਹੀਂ ਆ ਸਕਦੀ। ਔਰ ਦੂਸਰਾ ਇਹ ਹੈ ਕਿ ਜਿੱਥੇ ਕਪੂਰ ਦਾ ਬੂਟਾ ਲੱਗਾ ਅਤੇ ਛੋਟੀ ਇਲਾਚੀ ਦਾ ਬੂਟਾ ਲਗਾਇਆ ਉੱਥੇ ਬੁਖਾਰ ਦਾ ਵਾਇਰਲ ਨਹੀਂ ਆਉਂਦਾ। ਵਾਹਿਗੁਰੂ ਜੀ, ਆਹ ਛੋਟਾ ਜਿਹਾ ਬੂਟਾ ਹੈਗਾ, ਇਸ ਲਈ ਇਸ ਟੀ ਵੀ ਆਇਆ ਕਿਉਂਕਿ ਇਸ ਲਈ ਇਹਦਾ ਆਕਸੀਜਨ ਕਰਕੇ ਇੱਦਾਂ ਆ। ਇਹ ਬੂਟਾ ਗਮਲੇ 'ਚ ਵੀ ਲੱਗ ਜਾਂਦਾ, ਫਾਰਮਰਾਂ ਨੇ ਵਾਲਿਆਂ ਨੇ ਖੇਤੀ ਵੀ ਕੀਤੀ ਆ ਅਤੇ ਉਹਦੇ 'ਚ ਕਾਮਯਾਬ ਨਹੀਂ ਹੋਏ। ਲੇਕਿਨ ਮੇਰੀ ਬੇਨਤੀ ਇਹ ਆ ਕਿ ਆਪਾਂ ਜਿਹੜਾ ਵੀ ਕੰਮ ਕਰਨਾ ਉਹਨੂੰ ਪੈਂਦੀ ਸੱਟੇ ਵੱਡੇ ਪੱਧਰ 'ਤੇ ਨਾ ਕਰੀਏ। ਇਹਨਾਂ ਨੂੰ ਪਹਿਲਾਂ ਥੋੜ੍ਹੇ ਥੋੜ੍ਹੇ ਬੂਟੇ ਲਾ ਕੇ ਗਾਂ ਉਹਨਾਂ ਤੋਂ ਤਿਆਰ ਕਰੀਏ, ਸਾਨੂੰ ਪਤਾ ਲੱਗ ਜਾਏ ਕਿੰਨੇ ਬਚਦੇ ਕਿੰਨੇ ਮਰਦੇ ਆ। ਹੁਣ ਇਹ ਕੰਪਨੀਆਂ ਸਾਨੂੰ ਕਹਿੰਦੀਆਂ ਜੀ ਤੁਸੀਂ ਬੂਟੇ ਲਾਓ, ਅਸੀਂ ਤੁਹਾਡੇ ਕੋਲੋਂ 200 ਰੁਪਈਆ ਕਿਲੋ ਪੱਤੇ ਲਵਾਂਗੇ। ਬੜਾ ਸਰਦ ਬਾਗ ਦਿਖਾਲਦੇ ਆ ਵੀ ਇੰਨੇ ਹੋ ਜਾਣੇ ਇੰਨੇ ਹੋ ਜਾਣੇ, ਲੇਕਿਨ ਨਹੀਂ। ਅਸੀਂ ਇਹ ਬੇਨਤੀ ਕਰਾਂਗੇ ਕਿ ਸਾਡੇ ਕੋਲੋਂ 200 ਲੈ ਕੇ ਉਹਨਾਂ ਨੇ 6,000 ਰੁਪਈਆ ਕਿਲੋ ਜੋ ਵੇਚਣੇ ਆ ਅਤੇ ਅਸੀਂ ਇਹਦਾ ਪਾਊਡਰ ਬਣਾ ਕੇ ਇਹਦਾ 50 ਗ੍ਰਾਮ ਆ, ਇਹ 100 ਰੁਪਏ ਦਾ ਅਸੀਂ ਦਿੰਦੇ ਹਾਂ। ਸਾਡਾ 2,000 ਨੂੰ ਕਿਲੋ ਵਿਕਿਆ, ਸਾਡਾ ਆਪਣਾ ਰੇਟ ਆ, ਅਤੇ 4,000 ਰੁਪਈਆ ਉਹਨੂੰ ਬਚ ਗਿਆ ਜਿਹਨੇ ਪਾਊਡਰ ਸਾਡੇ ਕੋਲੋਂ ਲਿਆ। ਇਹ ਸ਼ੂਗਰ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਗੈਸ ਬਣਦੀ, ਤੇਜ਼ਾਬ ਬਣਦਾ, ਕੌਨਫੀਡੈਂਸ ਵੀਕ ਹੁੰਦਾ, ਇੰਨੀਆਂ ਚੀਜ਼ਾਂ ਨੂੰ ਕਵਰ ਕਰਦਾ। ਅਗਲਾ ਬੂਟਾ ਜਿਹੜਾ ਆ ਵਾਹਿਗੁਰੂ ਜੀ, ਇਹ ਜਵੈਣ ਆ ਜਿਹੜੀ ਤੁਸੀਂ ਆਪਾਂ ਆਮ ਘਰਾਂ 'ਚ ਵੀ ਲਾਉਂਦੇ ਹਾਂ, ਇਹਦੇ ਪੱਤੇ ਹੀ ਵਰਤੋਂ 'ਚ ਆਉਂਦੇ ਆ। ਬਹੁਤ ਸਾਰੇ ਮੇਰੇ ਵੀਰ ਇਹ ਕਹਿੰਦੇ ਆ ਕਿ ਅਸੀਂ ਬੂਟੇ ਲਾਏ ਆ, ਸਾਨੂੰ ਇਹਦੀ ਵਰਤੋਂ ਦਾ ਨਹੀਂ ਪਤਾ, ਸਾਨੂੰ ਇਹਦੇ ਗੁਣਾਂ ਦਾ ਨਹੀਂ ਪਤਾ। ਇਹਦੇ 'ਚ ਵਾਹਿਗੁਰੂ ਜੀ ਇੰਨੇ ਜ਼ਿਆਦਾ ਗੁਣ ਆ ਕਿ ਜਿੰਨੀ ਸਾਨੂੰ ਜਵੈਣ ਖਾਣੀ ਚਾਹੀਦੀ ਉਨੀ ਅਸੀਂ ਖਾ ਨਹੀਂ ਸਕਦੇ, ਅਤੇ ਇਸ ਕਰਕੇ ਆਪਣੇ ਘਰ ਬੂਟਾ ਲਗਾਇਆ ਅਤੇ ਅਸੀਂ ਇਹਦੇ ਪੱਤੇ ਜਿਹੜੇ ਆ ਵਰਤ ਸਕਦੇ ਹਾਂ। ਜਿਹਦੀ ਬਵਾਸੀਰ ਕੰਟਰੋਲ ਨਹੀਂ ਹੁੰਦੀ, ਸੰਗ੍ਰਹਿਣੀ ਕੰਟਰੋਲ ਨਹੀਂ ਹੁੰਦੀ, ਉਹ ਇਹਦੀ ਜਿਹੜੇ ਆ 4-5 ਪੱਤੇ ਰੋਜ਼ ਚਾਹੇ ਚਟਨੀ ਬਣਾ ਕੇ ਲੈ ਲੈਣ, ਚਾਹੇ ਉੱਦਾਂ ਖਾ ਲੈਣ, ਚਾਹੇ ਪਰੌਂਠੀਆਂ ਬਣਾ ਕੇ ਖਾ ਲੈਣ, 20 ਦਿਨਾਂ ਦੇ ਵਿੱਚ ਛਰਤੀ ਆ ਜਿਹੜੀ ਆ ਇਹ ਪ੍ਰੋਬਲਮ ਜਿਹੜੀ ਆ ਸੋਲਵ ਹੋਣੀ ਸ਼ੁਰੂ ਹੋ ਜਾਂਦੀ ਆ। ਆਹ ਵਾਹਿਗੁਰੂ ਜੀ ਜਿਹੜਾ ਤੁਸੀਂ ਬੂਟਾ ਵੇਖ ਰਹੇ ਹੋ, ਇਹ ਛੋਟੀ ਇਲਾਚੀ ਆ, ਹਰੀ ਇਲਾਚੀ ਵੀ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ
ਕਾਲੀ ਇਲਾਚੀ, ਵੱਡੀ ਇਲਾਚੀ ਦਾ ਬੂਟਾ ਵੀ ਇਦਾਂ ਦਾ ਹੀ ਹੁੰਦਾ। ਇਹਨੂੰ ਅਸੀਂ ਲਾ ਦਿੰਦੇ ਹਾਂ ਘਰ, ਅਤੇ ਅਸੀਂ ਇਹਦੇ ਤੋਂ ਪੱਤਿਆਂ ਤੋਂ ਅਤੇ ਟਾਹਣੀਆਂ ਤੋਂ ਇਹਦਾ ਜਿਹੜਾ ਆ ਅਸੀਂ ਕੰਮ ਲੈਣਾ, ਕਿਉਂਕਿ ਇਹਨੂੰ ਫਲ ਨਹੀਂ ਇੱਥੇ ਪੱਕਣਾ, ਇੱਥੇ ਕਲਾਈਮੇਟ ਅਲਾਓ ਨਹੀਂ ਕਰਦਾ ਕਿ ਇਹਦਾ ਫਲ ਪੱਕੇ। ਕੇਲੇ ਵਾਂਗੂ ਘਣ ਨਿਕਲੇਗਾ, ਫੁੱਲ ਲੱਗਣਗੇ, ਘਿਰ ਜਾਣੇ ਆ। ਅਸੀਂ ਉਹਨਾਂ ਫੁੱਲਾਂ ਤੋਂ ਅਤੇ ਇਹਨਾਂ ਦੇ ਪੱਤਿਆਂ ਤੋਂ ਅਤੇ ਇਹਨਾਂ ਦੀਆਂ ਟਾਹਣੀਆਂ ਤੋਂ ਅਸੀਂ ਪੂਰਾ ਕੰਮ ਲੈ ਸਕਦੇ ਹਾਂ, ਛੋਟੀ ਇਲਾਚੀ ਦਾ ਵੀ ਅਤੇ ਵੱਡੀ ਇਲਾਚੀ ਦਾ ਵੀ। ਜੇ ਅਸੀਂ ਇੱਕ ਬੂਟਾ ਵੀ ਅਸੀਂ 50 ਰੁਪਈਏ ਖਰਚ ਕੇ ਲਿਆ ਹੋਵੇ, ਲਾਇਆ ਵਾ, ਅਤੇ ਅਸੀਂ ਇਹਦੇ ਤੋਂ ਕਿੰਨੇ ਹਜ਼ਾਰਾਂ ਰੁਪਈਆਂ ਦਾ ਫਾਇਦਾ ਲਿਆ। ਇਹਨੇ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਇਹ ਸਾਡੀ ਜ਼ਿੰਦਗੀ ਬਦਲ ਦਿੰਦੀਆਂ, ਤੰਦਰੁਸਤੀ ਦੇ ਦਿੰਦੇ, ਸਾਡਾ ਬਜਟ ਸੇਫ ਹੋ ਜਾਂਦਾ। ਵਾਹਿਗੁਰੂ ਜੀ, ਆਹ ਜਿਹੜਾ ਆਪਾਂ ਬੂਟਾ ਦੇਖ ਰਹੇ ਹਾਂ ਇਹ ਸ਼ਪੇਦੇ ਦੀ ਨਸਲ ਦਾ ਹੈਗਾ। ਇਹਦੇ ਵਿੱਚ ਓਡੋਮਾਸ ਦੀ ਸਮੈਲ ਆ, ਖੁਸ਼ਬੂ ਆਉਂਦੀ ਆ। ਜਦੋਂ ਬਰਸਾਤ ਪੈਂਦੀ ਆ, ਟਾਹਣੀਆਂ ਆਪਸ ਵਿੱਚ ਟਕਰਾਉਂਦੀਆਂ, ਜਿਸ ਟਾਈਮ 'ਤੇ ਬਿਮਾਰੀਆਂ ਦਾ ਜ਼ਿਆਦਾ ਹੱਲਾ, ਬੁਖਾਰ ਦਾ, ਹੋਰ ਦਾ ਹੁੰਦਾ, ਇਹ ਵਾਤਾਵਰਨ ਨੂੰ ਸਾਫ਼ ਕਰਦਾ ਅਤੇ ਸਾਨੂੰ ਉਹਨਾਂ ਬਿਮਾਰੀਆਂ ਤੋਂ ਬਚਾਉਂਦਾ। ਜਿੱਥੇ ਅਸੀਂ ਕਮਰਸ਼ੀਅਲ ਬੂਟੇ ਲਾਉਣੇ ਆ ਘਰ ਦੇ ਵਿੱਚ, ਆਲੇ ਦੁਆਲੇ ਆਪਣੀ ਕੋਠੀ ਦੇ ਦੁਆਲੇ ਸ਼ਪੈਦਾ ਲਾਉਣਾ ਚਾਹੁੰਦੇ ਹਾਂ, ਉੱਥੇ ਅਸੀਂ ਇਹ ਬੂਟਾ ਲਾਈਏ ਜਿਹਦੀ ਅੰਦਰ ਖੁਸ਼ਬੂ ਵੀ ਜਾਵੇ ਅਤੇ ਅਸੀਂ ਵਾਤਾਵਰਨ ਵੀ ਸਾਫ਼ ਹੋਵੇ ਅਤੇ ਅਸੀਂ ਜਿਹੜਾ ਵਾ ਬਾਕੀ ਬਿਮਾਰੀਆਂ ਤੋਂ ਹੀ ਬਚੀਏ। ਆਹ ਜਿਹੜਾ ਬੂਟਾ ਮੈਂ ਤੁਹਾਨੂੰ ਦਿਖਾ ਰਿਹਾ, ਵਾਹਿਗੁਰੂ ਜੀ, ਇਹ ਬੂਟੇ ਦਾ ਨਾਂ ਬਾਂਸਾ ਆ। ਬਾਂਸੇ ਦਾ ਸ਼ਰਬਤ ਮਾਰਕੀਟ 'ਚ ਬਹੁਤ ਮਹਿੰਗਾ ਵਿਕਦਾ। ਇਹ ਆਪਾਂ ਇੱਕ ਪੁੰਨ ਦਾ ਹੀ ਕੰਮ ਕਰਨਾ, ਜੇ ਅਸੀਂ ਆਪਣੇ ਘਰ ਨਹੀਂ ਲਾ ਸਕਦੇ ਤਾਂ ਅਸੀਂ ਇਹਨੂੰ ਕਿਸੇ ਗੁਰਦੁਆਰੇ ਮੰਦਰ ਦੇ ਵਿੱਚ ਬੂਟਾ ਲਾ ਦਈਏ। ਇੱਕ ਪਿੰਡ ਦੇ ਵਿੱਚ ਇੱਕ ਬੂਟਾ ਲੱਗਾ ਤਾਂ ਇਹ ਸਾਰੇ ਪਿੰਡ ਦੀ ਰੇਸ਼ਾ, ਬਲਗਮ, ਖਾਂਸੀ, ਨਜ਼ਲਾ, ਜ਼ੁਕਾਮ, ਬੁਖਾਰ ਸਭ ਕੁਝ ਭਜਾ ਦਿੰਦਾ। ਇਹਦਾ ਇੱਕ ਪੱਤਾ ਤੋੜ ਕੇ ਉਹਨੂੰ ਧੋ ਕੇ ਇੱਕ ਕੱਪ ਪਾਣੀ ਦੇ ਵਿੱਚ ਪਾ ਕੇ ਅਤੇ ਇਹਨੂੰ ਉਬਾਲ ਕੇ ਦੋ ਦਾਣੇ ਖੰਡ ਦੇ ਜਾਂ ਮਿਸ਼ਰੀ ਦੇ ਪਾ ਕੇ ਇਹਨੂੰ ਸੇਵਨ ਕਰੀਏ ਤਾਂ 2.5 ਘੰਟੇ ਦੇ ਵਿੱਚ ਇਹਦੇ ਰਿਜ਼ਲਟ ਆ। ਬੇਸ਼ੱਕ ਆਵਾਜ਼ ਬੰਦ ਹੋਈ ਆ, ਕਿਸੇ ਨੂੰ ਕਿਹਾ ਗਿਆ ਕਿ ਤੁਹਾਡੇ ਫੇਫੜੇ ਸੁੰਗੜ ਗਏ ਆ, ਇਹ ਨਹੀਂ ਬਚ ਸਕਦਾ, ਕਿਉਂਕਿ ਐਲੋਪੈਥੀ ਕੋਈ ਵੀ ਐਸਾ ਇਲਾਜ ਨਹੀਂ ਕਿ ਜਿਹੜਾ ਫੇਫੜਿਆਂ ਤੋਂ ਜਿਹੜੇ ਆ ਰੇਸ਼ਾ ਨੂੰ, ਬਲਗਮ ਨੂੰ ਪੱਟ ਕੇ ਬਾਹਰ ਕੱਢ ਸਕੇ। ਲੇਕਿਨ ਇਹਨਾਂ ਪੌਦਿਆਂ 'ਚ ਇਹ ਗੁਣ ਹੈਗੇ ਆ ਕਿ ਇਹ ਕੁਛ ਮੂਹਰਾ ਕੁਛ ਲੈਟਰਿਨ ਰਾਜ ਇਹਨਾਂ ਨੇ ਕੱਢ ਦੇਣਾ ਅਤੇ ਪੇਸ਼ੈਂਟ ਜਿਹੜਾ ਉਹ ਤੰਦਰੁਸਤ ਹੋ ਜਾਂਦਾ। ਹੁਣ ਇੱਕ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਕਿ ਆਮ ਆਪਾਂ ਘਰਾਂ ਦੇ ਵਿੱਚ ਤੁਲਸੀ ਲਾਈ ਹੁੰਦੀ ਆ। ਤੁਲਸੀ ਜਿਹੜੀ ਆ ਉਹ ਵੀ ਇੱਕ ਬਹੁਤ ਗੁਣਕਾਰੀ ਪੌਦਾ ਆ, ਆਪਾਂ ਨੂੰ ਸਾਰਿਆਂ ਨੂੰ ਘਰ 'ਚ ਲਾਉਣਾ ਚਾਹੀਦਾ। ਉਹਦੇ ਜਿਹੜੀ ਐਂਟੀਬਾਇਓਟਿਕ ਆ ਬਹੁਤ ਤਗੜੀ, ਉਹਦੇ ਨਾਲ ਨਾਲ ਇੱਕ ਕੁਦਰਤੀ ਗੁਣ ਆ ਉਹਦੇ ਵਿੱਚ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ। ਜਿੱਥੇ ਅਸਮਾਨੀ ਬਿਜਲੀ ਪੈਂਦੀ ਆ ਉੱਥੇ ਤੁਲਸੀ ਦਾ ਬੂਟਾ ਲੱਗਾ ਹੋਵੇ ਅਤੇ ਜਾਂ ਅਸਮਾਨੀ ਬਿਜਲੀ ਪਏਗੀ ਨਹੀਂ, ਜੇ ਪਏਗੀ ਤਾਂ ਨੁਕਸਾਨ ਨਹੀਂ ਕਰੇਗੀ। 20 ਮੀਟਰ ਦੇ ਘੇਰੇ ਨੂੰ ਇੱਕ ਤੁਲਸੀ ਦਾ ਬੂਟਾ ਜਿਹੜਾ ਆ ਉਹ ਕਵਰ ਕਰਦਾ। ਵਾਹਿਗੁਰੂ ਜੀ, ਬਾਕੀ ਜਾਣਕਾਰੀ ਲੈਣੀ ਆ, ਹੋਰ ਬੂਟੇ ਦੇਖਣੇ ਆ ਅਤੇ ਸਾਡੀ ਨਰਸਰੀ 'ਤੇ ਤੁਸੀਂ ਕਰਤਾਰਪੁਰ ਆ ਸਕਦੇ ਹੋ। ਬਾਕੀ DD ਪੰਜਾਬੀ 'ਤੇ ਵੀ ਸਾਡੇ ਪ੍ਰੋਗਰਾਮ ਆਉਂਦੇ ਆ, ਆਕਾਸ਼ਵਾਣੀ ਜਲੰਧਰ ਤੋਂ ਵੀ ਆਉਂਦੇ ਆ, ਚੱਕ ਦੇ TV ਕੈਨੇਡਾ ਵੀ ਪ੍ਰੋਗਰਾਮ ਚੱਲਦਾ ਅਤੇ ਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ 24 ਘੰਟੇ ਹਾਜ਼ਰ ਆ। ਸਾਡਾ ਫੋਨ ਨੰਬਰ ਨੋਟ ਕਰ ਲਓ, ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈਗੀ ਆ ਅਤੇ ਤੁਸੀਂ ਇੱਕ ਵਾਰੀ ਫੋਨ ਜ਼ਰੂਰ ਕਰੋ ਕਿ ਜਿਹਦੀ ਕੋਈ ਇੰਗਲਿਸ਼ ਇਲਾਜ ਨਹੀਂ ਹੈਗਾ ਅਸੀਂ ਤੁਹਾਨੂੰ ਫਾਰਮੂਲਾ ਦੱਸ ਦਈਏ ਅਤੇ ਤੁਸੀਂ ਆਪਣੇ ਘਰ ਫ੍ਰੀ 'ਚ ਠੀਕ ਹੋ ਜਾਓ। ਸਾਡਾ ਫੋਨ ਨੰਬਰ ਹੈਗਾ 98-143-0-58-64, 98-143-0-58-64। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।